कैसे जैसे देख रहे सारे दर्शकों मेरी यानी समरीत बाजवा वालों प्यार भरी सत श्री अकाल। दर्शकों जिमें कि तुहानू पता है कि जून का महीना जिहड़ा चढ़ चुका है। मोस्टली असी सारा साल जिहड़े स्टूडेंट्स ने व्यस्त रहिंदे ने, उन्हां दे एग्जाम्स हुंदे ने, उन्हां दी क्लासिस लगदियां ने। सो यही समा हुंदा जदों कुछ नवा स्किल जिहड़ा उहनू सीख सकदे ने, उहनू जाण सकदे ने। सो इसे गल नू ध्यान विच रखते हुए खालसा कॉलेज अमृतसर दे यूथ वेलफेयर डिपार्टमेंट वल्लों एक वर्कशॉप जिहड़ी ऑर्गेनाइज़ करवाई जा रही है। तुहानू दस दिंदे हां कि वर्कशॉप पूरा एक महीना चलनी है। हाँ जी, इस वर्कशॉप दे विच होगा जी थिएटर, भंगड़ा अते पेंटिंग। तुहाडी मर्जी है कि तुसी केड़ा स्किल जिहड़ा है वह सीखना। खास गल ये कि इस वर्कशॉप नू कोई भी ज्वाइन कर सकता, यानी कि तुसी भावें बच्चे होवो, भावें बजुर्ग ते भावें जवान, भावें तुसी खालसा कॉलेज दे स्टूडेंट हो, भावें हो बाहरो, कोई भी स्टूडेंट इन्हू ज्वाइन कर सकता। सो होर की होगा इस वर्कशॉप दे विच, आओ जानते हैं यूथ वेलफेयर डिपार्टमेंट के इंचार्ज प्रोफेसर दविंदर सिंह जी को। सत श्री अकाल जी। ਜਿਵੇਂ ਕਿ ਤੁਹਾਨੂੰ ਪਤਾ ਹੈ ਖਾਲਸਾ ਕਾਲਜ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਅਸੀਂ ਵਰਕਸ਼ਾਪ ਲਗਾਉਣ ਜਾ ਰਹੇ ਹਾਂ, ਅਤੇ ਥੀਏਟਰ ਵਰਕਸ਼ਾਪ, ਔਰ ਬਹੁਤ ਸੋਹਣਾ ਹੁੰਗਾਰਾ ਮਿਲ ਵੀ ਰਿਹਾ ਸਾਨੂੰ। ਖਾਲਸਾ ਕਾਲਜ ਨੇ ਹਮੇਸ਼ਾ ਹੀ ਥੀਏਟਰ ਦੇ ਲਈ ਐਕਸਟਰਾ ਐਫਰਟ ਕੀਤੀਆਂ। ਅਸੀਂ ਥੀਏਟਰ ਨੂੰ ਐਸ ਬੀ ਏ ਦਾ ਸਬਜੈਕਟ ਔਰ ਬੀ ਵਾ ਕੋਰਸਿਸ ਦੇ ਵਿੱਚ ਵੀ ਲਾਗੂ ਕੀਤਾ, ਔਰ ਬਹੁਤ ਸਾਰੇ ਥੀਏਟਰ ਪਰਸਨੈਲਿਟੀਜ਼ ਕਾਲਜ ਦੇ ਵਿੱਚੋਂ ਵੀ ਨਿਕਲੀਆਂ ਨੇ। ਸਾਡੇ ਕੋਲ ਇਸ ਵੇਲੇ ਥੀਏਟਰ ਦੀ ਬਹੁਤ ਸੋਹਣੀ ਫੈਕਲਟੀ ਹੈ ਜਿਹੜੀ ਕਿ ਬੱਚੇ ਤਿਆਰ ਕਰ ਰਹੀ ਹੈ। ਤੋ ਲਿਹਾਜ਼ਾ ਅਸੀਂ ਸੋਚਿਆ ਕਿ ਅਸੀਂ ਜੋ ਖਾਲਸਾ ਕਾਲਜ ਦੇ ਬੱਚੇ ਜਿਸ ਚੀਜ਼ ਦਾ ਫਾਇਦਾ ਉਠਾਉਂਦੇ ਆ, ਅਸੀਂ ਇਹ ਲਾਭ ਦੂਸਰਿਆਂ ਤੱਕ ਵੀ ਐਕਸਟੈਂਡ ਕਰੀਏ। ਤੋ ਜਿਹੜੀ ਥੀਏਟਰ ਦੀ ਵਰਕਸ਼ਾਪ ਲੱਗ ਰਹੀ ਹੈ 10 ਜੂਨ ਤੋਂ, ਉਹ ਇਟਸ ਓਪਨ ਫੋਰ ਦਾ ਸਟੂਡੈਂਟ ਐਜ਼ ਵੈਲ ਐਜ਼ ਫੋਰ ਆਊਟਸਾਈਡਰਸ ਆਲਸੋ। ਏਜ ਦਾ ਕੋਈ ਬਾਰ ਨਹੀਂ ਹੈ, ਕਿਉਂਕਿ ਥੀਏਟਰ ਜਦੋਂ ਅਸੀਂ ਪ੍ਰੋਡਕਸ਼ਨ ਕਰਦੇ ਹਾਂ ਉਹਦੇ ਵਿੱਚ ਬੱਚੇ ਵੀ ਚਾਹੀਦੇ ਹੁੰਦੇ ਆ, ਉਹਦੇ ਵਿੱਚ ਵੱਡੇ ਵੀ ਚਾਹੀਦੇ ਹੁੰਦੇ ਆ। ਔਰ ਇਸ ਵਾਰ ਅਸੀਂ ਜੋ ਇਹ ਕਰ ਰਹੇ ਹਾਂ ਇਹਨੂੰ ਅਸੀਂ ਪ੍ਰੋਡਕਸ਼ਨ ਓਰੀਐਂਟਡ ਕੰਮ ਕਰਾਂਗੇ, ਮਤਲਬ ਇਹ ਕਿ ਵਰਕਸ਼ਾਪ ਦੇ ਐਂਡ ਤੱਕ ਕੋਈ ਨਾਟਕ ਅਸੀਂ ਤਿਆਰ ਕਰ ਚੁੱਕੇ ਹੋਵਾਂਗੇ ਅਤੇ ਜਿਹੜਾ ਕਿ ਅਸੀਂ ਪੇਸ਼ ਕਰਾਂਗੇ। ਔਰ ਬਹੁਤ ਮਿਨੀਮਲ ਜਿਹੀ ਅਸੀਂ ਫੀਸ ਰੱਖੀ ਹੈ 1500, ਉਹ ਵੀ ਇਸ ਕਰਕੇ ਰੱਖੀ ਹੈ ਕਿ ਬੱਚੇ ਥੋੜ੍ਹਾ ਸੀਰੀਅਸ ਰਹਿਣ। ਥੀਏਟਰ ਤੋਂ ਇਲਾਵਾ ਅਸੀਂ ਡਾਂਸਿਸ, ਲੋਕ ਡਾਂਸਿਸ ਜਿੱਦਾਂ ਕਿ ਭੰਗੜਾ ਔਰ ਪੇਂਟਿੰਗਸ, ਇਹਨਾਂ ਦੀਆਂ ਵੀ ਵਰਕਸ਼ਾਪ ਹੋਲਡ ਕਰ ਰਹੀ ਹਾਂ। ਤੋ ਮੈਨੂੰ ਅੱਛਾ ਲੱਗੇਗਾ ਕਿ ਜੇ ਬੱਚੇ ਇਹਨਾਂ ਸ਼ੋਬਿਆਂ ਦੇ ਵਿੱਚ ਵੀ ਸਾਡੇ ਕੋਲ ਆਣ ਕੇ ਨਾਮ ਲਿਖਾਉਣ। ਇਸ ਤੋਂ ਇਲਾਵਾ ਅਸੀਂ ਰੋਜ਼ ਉਹਨਾਂ ਨੂੰ ਰਿਫਰੈਸ਼ਮੈਂਟ, ਹਲਕਾ ਜਿਹਾ ਰਿਫਰੈਸ਼ਮੈਂਟ ਦਿਆ ਕਰਾਂਗੇ, ਔਰ ਜਿਹੜੇ ਵੀ ਵਰਕਸ਼ਾਪ ਲਗਾਉਣਗੇ ਉਹਨਾਂ ਨੂੰ ਅਸੀਂ ਸਰਟੀਫਿਕੇਟਸ ਦੇਵਾਂਗੇ ਕਾਲਜ ਵੱਲੋਂ। ਤੋ ਲਿਹਾਜ਼ਾ ਸਾਨੂੰ ਅੱਛਾ ਲੱਗੇਗਾ ਕਿ ਜੇ ਵੱਧ ਤੋਂ ਵੱਧ ਤੁਸੀਂ ਹੋਰ ਹੁੰਗਾਰਾ ਦੇਵੋ। ਆਲਰੇਡੀ ਸਾਡੇ ਕੋਲ ਬਹੁਤ ਵਧੀਆ ਹੁੰਗਾਰਾ ਆ ਚੁੱਕਾ ਹੈ, ਅਤੇ 10 ਜੂਨ ਤੱਕ ਤੁਸੀਂ ਆਪਣੀਆਂ ਐਂਟਰੀਜ਼ ਦੇ ਸਕਦੇ ਹੋ ਅਤੇ ਵਰਕਸ਼ਾਪ ਦੇ ਵਿੱਚ ਤੁਸੀਂ ਸ਼ਾਮਿਲ ਹੋਵੋ। ਥੈਂਕ ਯੂ ਜੀ। ਸੋ ਦਰਸ਼ਕੋ, ਜਿਵੇਂ ਕਿ ਸਰ ਨੇ ਦੱਸਿਆ ਕਿ ਵਰਕਸ਼ਾਪ ਜਿਹੜੀ ਇੱਕ ਮਹੀਨਾ ਚੱਲਣੀ ਹੈ, ਜਿਹਦਾ ਸਮਾਂ ਜਿਹੜਾ ਉਹ ਰਹੂਗਾ 10 ਤੋਂ ਲੈ ਕੇ 12 ਵਜੇ, ਯਾਨੀ ਸਵੇਰੇ 10 ਤੋਂ ਲੈ ਕੇ 12 ਵਜੇ ਤੱਕ 2 ਘੰਟੇ ਵਰਕਸ਼ਾਪ ਲੱਗੂਗੀ। ਇਸ ਦੀਆਂ ਹੋਰ ਡਿਟੇਲਸ ਦੇ ਲਈ ਅਸੀਂ ਤੁਹਾਡੇ ਸਾਹਮਣੇ ਮੋਬਾਈਲ ਨੰਬਰ ਮੈਂਸ਼ਨ ਕਰ ਰਹੇ ਹਾਂ, ਤੁਸੀਂ ਇਹਨਾਂ ਦੇ ਕਾਲ ਕਰ ਸਕਦੇ ਹੋ, ਕਿਉਂਕਿ ਲਾਸਟ ਡੇਟ ਜਿਹੜੀ ਰਜਿਸਟ੍ਰੇਸ਼ਨ ਦੀ ਆ ਉਹ ਹੈ ਜੀ 10 ਜੂਨ। ਸੋ ਹੁਣ ਗੱਲਬਾਤ ਕਰਦੇ ਹਾਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਜੀ ਦੇ ਨਾਲ। ਸਭ ਤੋਂ ਪਹਿਲਾਂ ਸਾਰੇ ਦੇਖ ਰਹੇ ਦਰਸ਼ਕਾਂ, ਸੁਣ ਰਹੇ ਸਰੋਤਿਆਂ ਨੂੰ ਖਾਲਸਾ ਕਾਲਜ ਵੱਲੋਂ ਸਤਿ ਸ੍ਰੀ ਅਕਾਲ। ਖਾਲਸਾ ਕਾਲਜ ਦਾ ਯੂਥ ਵੈਲਫੇਅਰ ਡਿਪਾਰਟਮੈਂਟ ਵੱਲ ਥੀਏਟਰ, ਭੰਗੜਾ ਅਤੇ ਪੇਂਟਿੰਗ ਸੰਬੰਧੀ ਵਰਕਸ਼ਾਪ ਲਗਾਈ ਜਾ ਰਹੀ ਆ, ਕਿਉਂਕਿ ਖਾਲਸਾ ਕਾਲਜ ਦੇ ਵਿੱਚ ਇਹ ਸਾਰੇ ਆਪਣੇ ਡਿਪਾਰਟਮੈਂਟ ਚੱਲਦੇ ਪਏ ਆ। ਕਈ ਵਾਰੀ ਅਸੀਂ ਭੰਗੜੇ ਦੇ ਵਿੱਚ ਜਦੋਂ ਬੱਚੇ ਲੈਂਦੇ ਹਾਂ, ਕਿਸ ਤਰ੍ਹਾਂ ਉਹ ਬੱਚੇ ਪਤਾ ਲੱਗਦਾ ਵੀ ਇਹ ਬਾਹਰ ਸਿਖਲਾਈ ਲੈਂਦੇ ਆ, ਬਾਹਰ ਟ੍ਰੇਨਿੰਗ ਲੈਂਦੇ ਆ, ਬੜਾ ਟਾਈਮ ਵੇਸਟ ਕਰਦੇ ਆ। ਅਤੇ ਅਸੀਂ ਇਹ ਭੰਗੜਾ, ਥੀਏਟਰ ਅਤੇ ਪੇਂਟਿੰਗ ਦੇ ਵਿੱਚ ਮਤਲਬ ਬੱਚਿਆਂ ਨੂੰ ਜਿਸ 'ਚ ਵੀ ਕਿਸੇ ਦਾ ਇੰਟਰਸਟ ਆ ਉਹਦੇ ਸੰਬੰਧੀ ਟਿਪਸ ਦੇਣ ਲਈ, ਟ੍ਰੇਨਿੰਗ ਦੇਣ ਲਈ, ਗਾਈਡੈਂਸ ਦੇਣ ਲਈ ਵਰਕਸ਼ਾਪ ਲਗਾ ਰਹੇ ਹਾਂ, ਜਿਹੜੀ ਕਿ ਪੂਰਾ ਇੱਕ ਮਹੀਨਾ ਚੱਲੂਗੀ, 4 ਹਫ਼ਤੇ। ਔਰ ਇਹਦੇ 'ਚ ਖਾਲਸਾ ਕਾਲਜ ਤੋਂ ਇਲਾਵਾ ਦੂਸਰੇ ਬਾਹਰਲੇ ਵਿਦਿਆਰਥੀ ਵੀ ਸ਼ਾਮਿਲ ਹੋ ਸਕਦੇ ਆ, ਉਹ ਆਪਣਾ ਨਾਂ ਰਜਿਸਟਰਡ ਕਰਾ ਸਕਦੇ ਆ ਅਤੇ ਉਹਦੇ 'ਚ ਇਹ ਵਰਕਸ਼ਾਪ ਦਾ ਉਹ ਵੀ ਲਾਭ ਲੈ ਸਕਦੇ ਆ। ਅਤੇ ਇਹ ਖਾਲਸਾ ਕਾਲਜ ਦਾ ਆਪਣੀ ਤਰ੍ਹਾਂ ਦਾ ਪਹਿਲਾ ਉਪਰਾਲਾ ਆ ਵੀ ਅਸੀਂ ਬੱਚਿਆਂ ਨੂੰ ਆਪਦੇ ਡਿਪਾਰਟਮੈਂਟ ਵੱਲੋਂ ਇਹਨਾਂ ਆਈਟਮਸ ਦੇ ਵਿੱਚ ਭਾਗ ਲੈਣ ਲਈ ਉਹਦੇ ਸੰਬੰਧੀ ਉਹਨਾਂ ਨੂੰ ਗਾਈਡ ਕਰੀਏ, ਉਹਨਾਂ ਨੂੰ ਟ੍ਰੇਨਿੰਗ ਦੇਈਏ। ਬਕਾਇਦਾ ਇਹਦੇ ਸੰਬੰਧੀ ਲੈਕਚਰ ਹੋਣਗੇ,
बकायदा इन्हां दियां इहदे च बच्चियां दियां गलतियां किवें दियां ने, प्रोफेशनल ट्रेनीज वालों उन्हां नूं ट्रेंड किया जाऊगा और इस पंजाब दी स्किल नूं भावें थिएटर आ भावें भंगड़ा आ भावें पेंटिंग आ उन्हूं उभारन लई उन्हूं डिवेलप करन लई उन्हूं उहदा हुनर नूं तलाशन लई फिर खालसा कॉलेज वालों यूथ वेलफेयर डिपार्टमेंट वालों ये उपराला किया जा रहा डॉक्टर दविंदर सिंह दे कोआर्डीनेटर ने जिहड़े इहदे साडे यूथ वेलफेयर डिपार्टमेंट नूं चलाउंदे ने जिहदे थले असी यूनिवर्सिटी च ईवन नैशनल पद्धर ते भी कई किस्म दियां साडे बच्चे प्राप्तियां करदे ने ते भंगड़ा साडा झूमर थिएटर इहदा पूरे पंजाब च नहीं पूरे मतलब पंजाबियां जिथे भी किते वसदे ने ना आ ते असी नवें विद्यार्थियों लई बाहरले विद्यार्थियों लई एक प्लेटफार्म दे रहे हैं जिहदे तो बच्चों नू मेरी उन्होंने मतलब बेनती जा मेरे वालों मतलब सूचना दी जा रही है कि वो इस मौके का फायदा उठाउण और खालसा कॉलेज कैंपस दे विच इस ट्रेनिंग का लाभ लैन ते जरूर इस वर्कशाप का उन्होंने बहुत वड्डा लाभ होएगा अपने हुनर नू तलाशन का क्योंकि युग अजकल डिग्री अकैदमिक डिग्री लैना एक प्राप्ति आ पर उहदे नाल नाल तुहाडे च जे कोई होर हुनर आ कोई होर कला आ ते उह भी हो सकदा तुहानूं जिंदगी च विच किते अगे लै जावे जां जिंदगी च रोटी रोजी लई भी उह तुहाडा आधार बन जावे इस करके ये केवल डिग्री तक ही बच्चे नूं नहीं सीमित रहना चाहिदा बच्चे नूं आपदे अंदर जो कुदरत ने उहदे अंदर जिहड़ी कोई ताकत जिहड़ी कोई समर्था बख्शी आ उहदे मुताबक अपने हुनर नूं अगे होर तलाशना चाहिदा उहनूं तराशना चाहिदा ते इस करके ये इस मौके का सारिआं नूं फायदा उठाउणा चाहिदा है। धन्यवाद।